ਰੁਕ ਜਾਓ ਯਾਰ, ਉਹੀ ਪੁਰਾਣੀਆਂ ਗੱਲਾਂ ਯਾਰ, ਚੱਲ ਨਹੀਂ ਵਾਪਸ ਲਿਆ ਕੇ ਬਹੁਤ ਬਹੁਤ ਤੁਹਾਡਾ ਧੰਨਵਾਦ। ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕ੍ਰਾਂਤੀ 'ਚ ਮਾਪਿਆਂ ਤੋਂ ਲਿਆ ਨਹੀਂ ਜਾ ਸਕਦਾ। ਮੈਂ ਅੱਜ ਪਹਿਲਾਂ ਮੋਗੇ ਜਾਊਂਗਾ, ਬਲੰਕੇ ਮੀਟਿੰਗ ਹੈ, ਫਿਰ ਉਸ ਤੋਂ ਬਾਅਦ ਜਲੰਧਰ ਮੀਟਿੰਗ ਹੈ। ਰਸਤੇ 'ਚ ਤੁਸੀਂ ਫੜ ਕੇ ਇੰਨਾ ਪਿਆਰ ਦੇ ਰਹੇ ਹੋ, ਮੈਂ ਤਾਂ ਸੋਚਿਆ ਨਹੀਂ ਸੀ। ਪਰ ਜਦੋਂ ਵੀ ਇੱਥੋਂ ਦੀ ਲੰਘੇ ਆਪਾਂ, ਮੇਰੇ ਜਿਹੜੇ ਥੋੜਾ ਬਹੁਤ ਸਹਿਕਦੇ ਜੇ ਨੇ ਉਹਨਾਂ ਦਾ, ਉਹਨਾਂ ਨੂੰ ਹੁਣੇ ਦੱਸ ਦੋ ਕਿ ਪੰਜਾਬ ਹੁਣ ਆਮ ਲੋਕਾਂ ਦੇ ਹੱਥਾਂ 'ਚ ਆ ਗਿਆ। ਔਰ ਮੈਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ, ਪਰ ਮੈਂ ਆਪਦੇ ਕੰਮ ਤੋਂ ਤੁਸੀਂ ਦੱਸ ਸਕਦਾ ਨਾ। 2 ਸਾਲਾਂ ਦੇ ਵਿੱਚ ਬਿਜਲੀ ਦੇ ਬਿੱਲ 90% ਘਰਾਂ ਨੂੰ ਜ਼ੀਰੋ ਆਉਂਦੇ ਆ, 47,000 ਸਰਕਾਰੀ ਨੌਕਰੀਆਂ ਮਿਲ ਗਈਆਂ। ਤੁਹਾਡੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਣਗੇ ਜਿਹਨਾਂ ਨੌਕਰੀ ਮਿਲੀ ਹੋਈ, ਬਿਨਾਂ ਸਿਫਾਰਿਸ਼ ਤੋਂ, ਬਿਨਾਂ ਕਿਸੇ ਪੈਸੇ ਤੋਂ ਨੌਕਰੀਆਂ ਮਿਲੀਆਂ ਨੇ। ਬਿਜਲੀ ਜਿਹੜੀ ਹੈ ਉਹ ਖੇਤਾਂ ਵਾਲੀ ਆਮ ਆਉਂਦੀ ਹੈ, ਬਲਕਿ ਮੈਂ ਇਹ ਸੋਚਿਆ ਹੋਇਆ ਕਿ ਹਰੇਕ ਦਫ਼ਤਰ ਦਾ ਟਾਈਮ ਦੇਰੀ ਦਾ ਹੁੰਦਾ, 9 ਵਜੇ ਤੋਂ ਲੈ ਕੇ 5 ਵਜੇ ਤੱਕ ਜ਼ਿਆਦਾਤਰ ਦਿੱਕਤ ਮੈਂ 98% ਦਫ਼ਤਰ ਦਾ ਟਾਈਮ ਦਿੰਦਾ। ਸਿਰਫ ਇੱਕ ਕਿਸਾਨੀ ਹੈ ਜਿਹਦਾ ਕੋਈ ਟਾਈਮ ਨਹੀਂ, ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਊਗੀ, ਨਾ ਪਹਿਲਾਂ ਸੌ ਸਕਦਾ ਨਾ ਬਾਅਦ 'ਚ। ਅਸੀਂ ਫੈਸਲਾ ਕੀਤਾ ਕਿ ਬਿਜਲੀ ਜਦੋਂ ਹੀ ਦੇਣੀ ਕਿਸਾਨ ਨੂੰ, ਰਾਤ ਨੂੰ ਖੇਤਾਂ 'ਚ ਥੱਪਾਂ ਦੀਆਂ ਸਿਗੀਆਂ ਕਿਉਂ ਮਿਤਣੀਆਂ ਪੈਣ। ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਹੈ ਕਿ ਬਿਜਲੀ ਆਉਂਦੀ ਆਉਂਦੀ ਹੈ, ਪਰ ਇਸ ਗੱਲ ਦਾ ਵੀ ਨਜ਼ਾਰਾ ਕਿ ਕਣਕ ਪੱਕੀ ਪੂਰੀ, ਕਣਕ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਅਸੀਂ ਘਰੇ ਪਰਿਵਾਰ ਨਾਲ, ਆਪਦਾ ਟਾਈਮ ਤੇ ਸਾਂਭ ਲਿਆ। ਸੋ ਆਈ ਵੀ 10-12 ਘੰਟੇ ਹੈ ਜੀ, ਲਗਾਤਾਰੀ ਚੱਲ ਰਹੀ ਹੈ, ਉਹਦੇ ਨਾਲ ਇੰਡਸਟਰੀ ਆਊਗੀ ਬਹੁਤ ਸਾਰੀ। ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਲਸਿਲਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ, ਉਹ ਤੁਹਾਡੇ ਘਰ ਪਹੁੰਚਣ ਲੱਗ ਗਿਆ, ਉਹ ਤੁਹਾਡੇ ਘਰ ਪਹੁੰਚ, ਹਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਤੀ ਕਿ ਕਿੰਨੇ ਵਜੇ ਤੁਹਾਡੇ ਤੋਂ ਹਾਂਜੀ ਉਹ ਨਹੀਂ, ਕੋਈ ਏਦਾਂ ਦਾ ਕੰਮ ਨਹੀਂ ਹੋਊਗਾ, ਕੋਈ ਏਦਾਂ ਦੀ ਫਾਈਲ ਸੈਟ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ ਤੇ ਕੋਈ ਭਾਰ ਪੈਂਦਾ ਹੋਵੇ। ਹਾਂ ਇਹੋ ਜਿਹੀ ਫਾਈਲ ਨੂੰ ਸੈਟ ਕਰਨੀ ਜਿਹਦੇ ਨਾਲ ਨਿਕਲ ਜੇ। ਮੰਡੀਆਂ
ਟਿਊਬਵੈਲ ਦੇ ਕਨੈਕਸ਼ਨ ਜ਼ਰੂਰ ਜਾਰੀ ਬਿਲਕੁਲ ਹਾਂ ਸਰ ਇਹਨੂੰ ਮੰਡੀ ਵਾਲਾ ਕਲੀਅਰ ਕਰਿਓ ਜੀ ਦੇਖਿਆ ਇੱਕ ਸੈਲਫੀ ਲੈ ਲਾ ਪੰਜਾਬ ਚ ਜੋ ਟਿਊਬਵੈਲ ਖੜ ਗਏ 14.5 ਲੱਖ ਟਿਊਬਵੈਲ ਹੈ ਪੰਜਾਬ ਚ ਤਾਂ ਥੱਲੋਂ ਧਰਤੀ ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਪਵਨ ਗੁਰੂ ਪਾਣੀ ਪਿਤਾ ਮਾਤਾ ਉਹਦੇ ਤੇ ਵੀ ਥੋੜਾ ਜਿਹਾ ਪਹਿਰਾ ਦੇਵਾਂਗੇ ਤੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਉਪਜਾਊ ਸ਼ਕਤੀ ਵਾਲਾ ਪਾਣੀ ਹੈ ਉਹ ਚ ਮਿਨਰਲ ਆਉਂਦੇ ਨੇ ਹਨਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਹਾਂ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਹੈ। ਆਮ ਆਦਮੀ ਕਲੀਨਿਕ ਖੋਲਾਂਗੇ, ਸਕੂਲ ਸ਼ਾਨਦਾਰ ਹੋਵੇ, ਹਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਹੀ ਮਿਲਦੀਆਂ। ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ, ਮਰੀਜ਼ ਨਹੀਂ ਜਾਊਗਾ ਬਾਹਰ। ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਨੇ। ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ, ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ, ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ? ਉਹਨਾਂ ਦੇ ਨਾਲ ਖੜਾਂਗੇ ਜਟਾਣ ਵਾਂਗੂ। ਇਹ ਮੌਕਾ ਇਹ ਟਾਈਮ ਹੈ ਜੀ, ਸੰਕਟ ਦਾ ਸਮਾਂ ਵਫਾਦਾਰੀਆਂ ਪਰਖ ਦਿੰਦਾ। ਤੁਸੀਂ ਇੰਨੀ ਭਾਰੀ ਗਿਣਤੀ ਚ ਨਾਲ ਖੜੇ ਹੋ, ਔਰ ਤੁਹਾਨੂੰ ਮੈਂ ਦੱਸ ਰਿਹਾ 2024 ਦੇ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ। ਆਪਣੀ ਕੋਈ ਸਮੱਸਿਆਵਾਂ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ, ਮੈਨੂੰ ਫੜਾ ਦਿਓ, ਕਿਉਂਕਿ ਜਦੋਂ 13 ਦੀਆਂ 13 ਆ ਗਈਆਂ ਨਾ ਉਹਦੇ ਨਾਲ ਸ਼ਕਤੀ ਇੰਨੀ ਵਧੂਗੀ ਕਿ ਸੈਂਟਰ ਦੀ ਮਜਾਲ ਨਹੀਂ ਹੈਗੀ ਕਿ ਇੱਕ ਪੈਸਾ। ਇੱਕ ਗੱਲ ਰੱਖਣੀ ਹੈ ਜੀ, ਜਲਦੀ ਇੱਕ ਗੱਲ